ਜੀ ਹੁਣ ਆਪਾਂ ਦੇਖਦੇ ਹਾਂ ਬ੍ਰਾਂਚ ਕਵਰੇਜ ਜਾਂ ਡਿਸੀਜਨ ਕਵਰੇਜ ਕੀ ਹੁੰਦੀ ਹੈ। ਬ੍ਰਾਂਚ ਜਿਹੜੀ ਹੈਗੀ ਨਾ, ਇਹਨੂੰ ਤੁਸੀਂ ਇੱਕ ਸੀ ਐਫ ਜੀ ਦੇਖੋ, ਕੰਟਰੋਲ ਫਲੋ ਗ੍ਰਾਫ ਦੇਖੋ, ਉਹਦੇ ਵਿੱਚ ਜਿੱਥੇ ਇੱਥੇ ਬ੍ਰਾਂਚਾਂ ਨਿਕਲਦੀਆਂ, ਇੱਥੇ ਇੱਥੇ ਬ੍ਰਾਂਚ ਨਿਕਲਦੀ ਹੈ ਦੋ, ਇੱਥੇ ਆਹ ਬ੍ਰਾਂਚ ਨਿਕਲਦੀ ਆ, ਅਤੇ ਯਾਨੀ ਜਿੱਥੇ ਇਹਦੇ ਡਿਸੀਜਨ ਹੋ ਰਿਹਾ ਨਾ, ਇੱਥੇ ਤੇ ਇਫ ਵਾਲਾ ਹੈਗਾ ਜਾਂ ਸਵਿਚ ਹੈ ਜਾਂ ਫੋਰ ਹੈ, ਉੱਥੇ ਬ੍ਰਾਂਚਾਂ ਬਣਦੀਆਂ। ਅਤੇ ਬ੍ਰਾਂਚ ਕਵਰੇਜ ਆਪਾਂ ਇਹ ਕਰਦੇ ਹਾਂ ਕਿ ਇਨ ਐਡੀਸ਼ਨ ਟੂ ਦਾ ਸਟੇਟਮੈਂਟ ਕਵਰੇਜ, ਕਿ ਆਪਾਂ ਪਹਿਲੇ ਤਾਂ ਦੇਖਿਆ ਸੀ ਕਿ ਹਰ ਸਟੇਟਮੈਂਟ ਐਗਜ਼ੀਕਿਊਟ ਹੋਵੇ, ਇਹਦੇ ਵਿੱਚ ਦੇਖਦੇ ਹਾਂ ਕਿ ਹਰ ਡਿਸੀਜਨ ਜਿਹੜਾ ਹੈਗਾ ਉਹ ਆਪਾਂ ਲੈ ਜਿਹੜੇ ਆਪਾਂ ਲੈ ਸਕਦੇ ਹਾਂ ਉਹ ਲੈਣਾ ਚਾਹੀਦਾ। ਲਾਸਟ ਟਾਈਮ ਆਪਾਂ ਦੇਖਿਆ ਸੀ ਕਿ ਸਟੇਟਮੈਂਟ ਕਵਰੇਜ ਵਿੱਚ ਆਪਾਂ ਜੋ ਪਹਿਲਾ ਟੈਸਟ ਕੇਸ ਚਲਾਇਆ ਸੀਗਾ, ਉਦੋਂ ਆਪਾਂ ਜਨਾਬ ਇੱਧਰੋਂ ਤੁਰੇ ਸੀਗੇ 1 2 3 4 5 7, ਵੇਟ ਕਰ ਲਓ, ਚਲੋ 5 8 'ਤੇ ਪਹੁੰਚੇ ਸੀ, ਅਤੇ ਦੂਜੀ ਵਾਰੀ ਤੁਸੀਂ 1 2 3 4 ਫਿਰ 7 8 'ਤੇ ਪਹੁੰਚੇ ਸੀਗੇ, ਯਾਨੀ ਆਪਾਂ ਸਾਰੇ ਦਾਇਰੇ ਕਵਰ ਕੀਤੇ ਸੀ। ਲੇਕਿਨ ਆਪਾਂ ਇੱਕ ਬ੍ਰਾਂਚ ਛੱਡ ਗਏ ਕਿ ਹਮੇਸ਼ਾ 1 ਤੋਂ ਆਪਾਂ 2 ਤੋਂ ਫਿਰ 3 'ਤੇ ਆਏ, 4 'ਤੇ ਆਏ, 1 ਤੋਂ ਲੈ ਕੇ ਡਾਇਰੈਕਟ 4 ਤੱਕ ਨਹੀਂ ਆਏ। ਮੀਨਸ ਕਿ ਆਪਾਂ ਇਸ ਇਫ ਨੂੰ ਟਰੂ ਕੀਤਾ ਲੇਕਿਨ ਇਹਨੂੰ ਫਾਲਸ ਕਰਕੇ ਨਹੀਂ ਦੇਖਿਆ, ਕਿਉਂਕਿ ਆਪਾਂ ਕਿਹਾ ਫਾਲਸ ਕਰਨ ਦਾ ਫਾਇਦਾ ਕੋਈ ਨਹੀਂ, ਅਤੇ ਕਿਹੜਾ ਕੋਈ ਹੋਰ ਸਟੇਟਮੈਂਟ ਹੈਗੀ ਆ। ਉਹ ਆਪਣੀ ਗੱਲ ਸਹੀ ਹੈ ਕਿ ਸਟੇਟਮੈਂਟ ਹੋਰ ਨਹੀਂ ਹੈਗੀ, ਪਰ ਸਮ ਟਾਈਮ ਇਹ ਇੱਦਾਂ ਹੁੰਦਾ ਕਿ ਅਗਰ ਆਪਾਂ ਫਾਲਸ ਕਰਕੇ ਨਹੀਂ ਦੇਖਦੇ ਤਾਂ ਕੋਡ ਦੇ ਵਿੱਚ ਕੋਈ ਨਾ ਕੋਈ ਹੋਰ ਬੱਗ ਆ ਸਕਦਾ। ਜਿੱਦਾਂ ਕਹਿ ਲਓ ਕਿ ਸਪੋਜ਼ ਇੱਥੇ ਕੋਈ ਵੈਲਿਊ ਸੈੱਟ ਹੁੰਦੀ ਹੋਵੇ ਜਿਹੜੀ ਕਿ ਇੱਧਰ ਯੂਜ਼ ਹੁੰਦੀ ਹੋਵੇ, ਅਤੇ ਉਹ ਟਰੂ ਦੇ ਕੇਸ ਵਿੱਚ ਆਪਾਂ ਉਹ ਇਹਦੇ ਵਿੱਚ ਆਂਸਰ ਹੋਰ ਆਏਗਾ, ਜੇ ਫਾਲਸ ਹੋਏਗਾ ਉਦੋਂ ਇੱਥੇ ਵੈਲਿਊ ਸੈੱਟ ਨਹੀਂ ਹੋਏਗੀ, ਉਦੋਂ ਉੱਥੇ ਆਂਸਰ ਹੋਰ ਆ ਸਕਦਾ। ਅਤੇ ਉਹ ਇਸ ਵਾਸਤੇ ਆਪਾਂ ਬ੍ਰਾਂਚ ਕਵਰੇਜ ਵੀ ਦੇਖਦੇ ਹਾਂ, ਆਪਾਂ ਦੇਖਦੇ ਹਾਂ ਕਿ ਚਾਹੇ ਇਫ ਦਾ ਐਲਸ ਨਾ ਵੀ ਹੋਵੇ ਫਿਰ ਵੀ ਆਪਾਂ ਇਫ ਨੂੰ ਗਲਤ ਕਰਕੇ ਦੇਖਣਾ, ਮਤਲਬ 2 'ਤੇ ਆਏ ਹਾਂ, 2 'ਤੇ ਟਰੂ ਹੈ ਤਾਂ 3 'ਤੇ ਆ ਗਏ, ਫਾਲਸ ਹੈ ਤਾਂ 4 'ਤੇ ਆ ਗਏ, ਇਸ ਵਾਸਤੇ 2 ਨੂੰ ਫਾਲਸ ਕਰਕੇ ਵੀ ਦੇਖਣਾ। ਤਾਂ ਉਹਦੇ ਵਾਸਤੇ ਕੀ ਹੋਵੇਗਾ, ਇੱਕ ਟੈਸਟ ਕੇਸ ਹੋਰ ਬਣ ਜੂ। ਬਾਕੀ ਕਰਾਂਗੇ ਟੈਸਟ ਕੇਸ 3 ਕੀਤਾ, ਉਹਦੇ ਆਪਾਂ ਐਕਸ ਨੂੰ ਫਾਲਸ ਵੀ ਕਰਕੇ ਦੇਖਾਂਗੇ, ਐਕਸ ਨੂੰ ਆਪਾਂ ਕਹਿ ਤਾ ਕੁਛ ਵੀ ਕਹਿ ਤਾ, ਨਾਲ ਵਾਈ ਜੋ ਵੀ ਲਾ ਦਿਓ ਤੁਹਾਡੀ ਮਰਜ਼ੀ ਆ, 2 ਲਾ ਦਿਓ ਫਾਲਸ ਲਾ ਦਿਓ। ਹੁਣ ਜੇ ਆਪਾਂ ਐਕਸ ਨੂੰ ਫਾਲਸ ਕੀਤਾ ਕੀ ਹੋਏਗਾ, ਆਹ ਐਗਜ਼ੀਕਿਊਟ ਨਹੀਂ ਹੋਏਗਾ, ਅਤੇ ਵਾਈ ਟਰੂ ਕੀਤਾ ਹੋਇਆ ਬਣ ਆਹ, ਅਤੇ ਕੀ ਹੋ ਗਿਆ, ਸਿਰਫ ਡੀ ਈ ਐਫ ਹੀ ਆਊਟਪੁੱਟ ਸ਼ੋ ਹੋਏਗੀ। ਇਹਨੂੰ ਕਹਿੰਦੇ ਬ੍ਰਾਂਚ ਕਵਰੇਜ ਡਿਸੀਜਨ ਕਵਰੇਜ, ਜਿਹਦੇ ਵਿੱਚ ਆਪਾਂ ਹਰ ਡਿਸੀਜਨ ਪੁਆਇੰਟ 'ਤੇ ਦੋ ਸਾਰੇ ਹੀ ਪੋਸੀਬਲ ਡਿਸੀਜਨ ਲੈਂਦੇ ਹਾਂ।